ਆ ਤਾਂ ਲੁਟੇਰਿਆਂ ਨੇ ਸ਼ਰਮ ਹਿਲਾ ਦਿੱਤੀ, ਕੋਈ ਮਰੇ ਜਾਂ ਫਿਰ ਜੀਵੇ ਪਰ ਉਹਨਾਂ ਨੇ ਆਪਣੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ। ਤਾਂ ਦੱਸ ਦਈਏ ਕਿ ਇੱਕ ਅਜਿਹੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਇੱਕ ਸੁਨਿਆਰੇ ਨੂੰ ਰਾਹ 'ਚ ਜਾਂਦੇ ਸਮੇਂ ਜੋ ਲੁਟੇਰੇ ਸੀ ਉਹਨਾਂ ਦੇ ਵੱਲੋਂ ਲੁੱਟਿਆ ਗਿਆ। ਦਰਅਸਲ ਪਹਿਲਾਂ ਤਾਂ ਰਾਹ ਜਾਂਦੇ ਜਾਂਦੇ ਹੀ ਜਦੋਂ ਸਕੂਟੀ ਦੇ ਉੱਤੇ ਇਹ ਵਿਅਕਤੀ ਜਾ ਰਿਹਾ ਸੀ ਤਾਂ ਪਿੱਛੋਂ ਦੀ ਆਏ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਉਸ ਸੁਨਿਆਰੇ ਨੂੰ ਰਾਹ ਪੁੱਛਿਆ ਜਾਂਦਾ ਹੈ, ਪਰ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਉਹ ਅੱਗੇ ਵੱਧਦਾ ਤਾਂ ਉਸਦੇ ਕੁੜਤੇ ਦੀ ਜੇਬ ਨੂੰ ਉਹ ਹੱਥ ਪਾ ਲੈਂਦੇ ਨੇ, ਜਿਸ ਤੋਂ ਬਾਅਦ ਉਹ ਕੁੜਤੇ ਦੀ ਜੇਬ ਸਮੇਤ ਅੱਧਾ ਕੁੜਤਾ ਹੀ ਪਾੜ ਕੇ ਆਪਣੇ ਨਾਲ ਲੈ ਗਏ ਨੇ ਅਤੇ ਜੋ ਸੁਨਿਆਰਾ ਦੱਸਿਆ ਜਾ ਰਿਹਾ ਉਹ ਜ਼ਮੀਨ ਦੇ ਉੱਤੇ ਹੀ ਡਿੱਗ ਜਾਂਦਾ ਹੈ ਅਤੇ ਜਿਸ ਦੇ ਕਾਰਨ ਉਸਦੇ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸਕੂਟੀ 'ਤੇ ਜਾਂਦਾ ਨਜ਼ਰ ਆ ਰਿਹਾ ਅਤੇ ਠੀਕ ਉਸਦੇ ਪਿੱਛੋਂ ਹੀ ਦੋ ਬਾਈਕ ਦੇ ਉੱਤੇ ਸਵਾਰ ਹੋ ਕੇ ਲੁਟੇਰੇ ਆਉਂਦੇ ਨੇ ਅਤੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਕੁਝ ਪੁੱਛਿਆ ਜਾਂਦਾ ਹੈ, ਪਰ ਜਿਵੇਂ ਹੀ ਉਹ ਵਿਅਕਤੀ ਜਵਾਬ ਦਿੰਦਾ ਤਾਂ ਉਹ ਜਾਂਦੇ ਜਾਂਦੇ ਉਸ ਵਿਅਕਤੀ ਦੀ ਕੁੜਤੇ ਦੀ ਜੇਬ ਨੂੰ ਹੱਥ ਪਾ ਲੈਂਦੇ ਨੇ, ਜਿਸ ਦੇ ਵਿੱਚ ਪਰਸ ਹੁੰਦਾ, ATM ਕਾਰਡ ਹੁੰਦੇ ਨੇ, 12,000 ਰੁਪਏ ਕੈਸ਼ ਦੱਸਿਆ ਜਾ ਰਿਹਾ। ਉਹ ਕੁੜਤਾ ਖਿੱਚ ਕੇ ਹੀ ਨਾਲ ਚਲੇ ਜਾਂਦੇ ਨੇ ਪਰ ਉਹ ਵਿਅਕਤੀ ਜ਼ਮੀਨ 'ਤੇ ਡਿੱਗ ਜਾਂਦਾ ਅਤੇ ਅੱਧਾ ਕੁੜਤਾ ਹੀ ਲੁਟੇਰੇ ਪਾੜ ਕੇ ਆਪਣੇ ਨਾਲ ਲੈ ਜਾਂਦੇ ਨੇ, ਜਿਸ ਤੋਂ ਸਾਫ਼ ਕਿਹਾ ਜਾ ਸਕਦਾ ਹੈ ਕਿ ਲੁਟੇਰਿਆਂ ਨੂੰ ਕਿਸੇ ਦੀ ਵੀ ਜਾਨ ਦੀ ਪਰਵਾਹ ਨਹੀਂ ਹੈ। ਚਾਹੇ ਉਹਨਾਂ ਨੇ ਲੁੱਟ ਕਰਨੀ ਹੈ ਤਾਂ ਉਹ ਕਿਸੇ ਨੂੰ ਮਾਰਨ 'ਚ ਵੀ ਗੁਰੇਜ਼ ਨਹੀਂ ਕਰਨਗੇ। ਤਾਂ ਫਿਰੋਜ਼ਪੁਰ ਦੇ ਵਿੱਚ ਇਹ ਖੌਫਨਾਕ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਦੇ ਵਿੱਚ ਵੀ ਚੋਣਾਂ ਨੇ ਚੱਪੇ ਚੱਪੇ 'ਤੇ ਪੁਲਿਸ ਤੈਨਾਤ ਹੈ, ਪਰ ਬੇਖੌਫ ਲੁਟੇਰਿਆਂ ਦੇ ਵੱਲੋਂ ਹੁਣ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਦੇ ਵਿੱਚ ਜੋ ਵਿਅਕਤੀ ਹੇਠਾਂ ਡਿੱਗਿਆ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਸ ਮੌਕੇ ਹੁਣ ਖੁਦ ਹੀ ਉਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਦੀ ਆ ਕੇ ਲੁਟੇਰਿਆਂ ਨੇ ਉਸਦੇ ਉੱਤੇ ਪਹਿਲਾਂ ਤਾਂ ਹਮਲਾ ਕੀਤਾ ਅਤੇ ਫਿਰ ਜਾਂਦੇ ਜਾਂਦੇ ਉਸਦੇ ਕੁੜਤੇ ਦੀ ਜੇਬ ਹੀ ਪਾੜ ਕੇ ਨਾਲ ਲੈ ਗਏ। ਮੈਂ ਸੁਨੀਲ ਕੁਮਾਰ ਜੀ, ਮੈਂ ਜੀਰਾ ਗੇਟ ਜਾਮਾ ਪਿਆ ਸਾਂ ਅਤੇ ਅੱਧੇ ਮੈਂ ਗਲੀ ਗੁਰਦੁਆਰੇ ਗਲੀ ਦੌੜਿਆ ਅਤੇ ਮੈਨੂੰ ਮੋਟਰਸਾਈਕਲ ਦੇ ਮੁੰਡੇ ਆਏ, ਇੱਕ ਅੱਧੇ ਅੰਕਲ ਜੀ ਉਹ ਦੱਸਣਾ ਕੀ ਨਾਮ ਦਾ ਹੋਸਪਿਟਲ ਕਿੱਥੇ ਹੈ ਅਤੇ ਮੈਂ ਕਿਹਾ ਪਤਾ ਅੱਗੇ ਹੈਗਾ ਅਤੇ ਮੇਰੇ ਆਪਣੇ ਜੇਬ ਵੱਲ ਵੇਖਿਆ ਅਤੇ ਨਾਲ ਹੀ ਮਗਰ ਮੁੰਡੇ ਨੇ ਮੈਨੂੰ ਮਗਰ ਮਾਰ ਕੇ ਲੜਦੇ ਦਾ ਕਾਪਾ ਮਾਰਿਆ ਅਤੇ ਕਾਪਾ ਮਾਰ ਕੇ ਅਤੇ ਟਾਇਰ ਮੇਰਾ ਪੈਂਚਰ ਕਰਤਾ, ਟਾਇਰ ਪੈਂਚਰ ਕਰ ਥੱਲੇ ਡੇਗਤਾ ਅਤੇ ਨਾਲ ਹੀ ਇਹਨਾਂ ਨੇ ਮੇਰੇ ਕੋਲ ਸਾਰਾ ਮੇਰਾ ਕੁੜਤਾ ਲੈ ਕੇ ਚੱਕ ਕੇ ਅਤੇ ਜੋ ਮੇਰੇ ਜੇਬੇ ਪੈਸੇ ਪੂਰੇ ਸਾਰੇ ਕੱਢ ਕੇ ਲੈ ਗਏ, ਬਟੂਆ ਮੇਰਾ ਲੈ ਗਏ, ਕੀਮਤੀ ਕਾਗਜ਼ ਸੀਗੇ, ATM ਕਾਰਡ ਸਾਰਾ ਕੁਝ ਲੈ ਗਏ ਬੱਚਾ, ਫੜਿਆ ਜਾਵੇ ਤਾਂ ਰੋਜ਼ ਦਾ ਕੰਮ ਹੈ ਜੀ।